ਹਾਂ ਵਧੀਆ ਅੱਜ ਉਹ ਵੋਟਾਂ ਵੀ ਸੀ ਜਿੰਨਾ ਕੱਲ ਆਪਾਂ ਪ੍ਰਿੰਸ ਨੂੰ ਤੰਗ ਕੀਤਾ ਸੀ ਕੱਲ ਵਿਜ਼ਿਟਸ ਨੂੰ ਹਾਏ ਪ੍ਰਿਆ ਫਰਮ ਲਾਈਵ ਨਿਊਜ਼ ਇੰਡੀਆ ਹਾਏ ਸਰ ਮੇਰਾ ਸਵਾਲ ਹੈ ਜਿੱਥੇ ਆਪਕੀ ਜੋ ਮੂਵੀ ਹੈ ਸੂਫਨਾ ਇਸਕਾ ਮਤਲਬ ਕੀ ਹੈ ਔਰ ਇਹ ਮੂਵੀ ਕਿ ਜੋ ਆਪਨੇ ਕਰੀ ਤਾਂ ਆਪਕੋ ਕਿਆ ਕਿਆ ਡਿਫਿਕਲਟੀਜ਼ ਫੇਸ ਕਰਨੀ ਪੜੀ ਆਪਕੋ ਕਿਆ ਲੱਗਤਾ ਹੈ ਸੂਫਨਾ ਕਿਆ ਹੋਗਾ ਤਾਂ ਵਹੀ ਜਾਨਣਾ ਹੈ ਡ੍ਰੀਮ ਸੁਪਨਾ ਪੰਜਾਬੀ ਸੁਪਨਾ ਕਹਿ ਦਿੰਦੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਰ ਔਰ ਡਿਫੀਕਲਟੀ ਮੈਮ ਕੋਈ ਨਹੀਂ ਕੋਈ ਵੀ ਡਿਫੀਕਲਟੀ ਨਹੀਂ ਆਈ ਬਿਕਾਜ਼ ਇੱਕ ਤੋਂ ਖੁਦ ਕੀ ਪ੍ਰੋਡਕਸ਼ਨ ਥੀ ਔਰ ਰਾਜਸਥਾਨ ਗੰਗਾਨਗਰ ਮੈਂ ਹਮਨੇ ਸ਼ੂਟ ਕੀਆ ਹੈ ਵਹਾਂ ਪੇ ਕਾਫੀ ਫਿਲਮੇ ਹਮਨੇ ਸ਼ੂਟ ਕੀ ਹੈ ਇੱਕ ਪਲੀਜ਼ ਰਿਕੁਐਸਟ ਹੈ ਜਿਸਨੇ ਖਾਣਾ ਖਾਣਾ ਹੈ ਪਲੀਜ਼ ਬਾਹਰ ਜਾ ਕੇ ਚਮਚ ਖੜਕਾਏ ਔਰ ਰਾਜਸਥਾਨ ਗੰਗਾਨਗਰ ਮੈਂ ਸ਼ੂਟ ਕੀਆ ਹੈ ਮੈਨੇ ਕਾਫੀ ਫਿਲਮੇ ਵਹਾਂ ਪੇ ਸ਼ੂਟ ਕੀ ਹੈ ਆਲਰੇਡੀ ਤੋ ਇੱਕ ਤੋਂ ਜੋ ਮਤਲਬ ਕਾਟਨ ਕੇ ਖੇਤ ਥੇ ਸਾਰੇ ਪੰਜਾਬ ਮੇਂ ਵੀ ਉਹ ਨਹੀਂ ਹੈ ਜਬ ਮੈਂ ਛੋਟਾ ਸਾ ਤਬ ਥਾ ਮਤਲਬ ਮੇਰੇ ਮੈਨੇ ਵੋ ਐਕਸਪੀਰੀਅੰਸ ਕੀਆ ਹੋਇਆ ਆਲਰੇਡੀ ਵੋ ਖੇਤੀਬਾੜੀ ਵਾਲਾ ਸਾਰਾ ਸੋ ਮੇਰੇ ਕੋ ਮਤਲਬ ਮੇਰੇ ਲਈ ਕੁਛ ਇੰਬੈਲੈਂਸ ਜਾਂ ਨਿਵਨ ਨਹੀਂ ਥਾ ਮਤਲਬ ਮੇਰੇ ਕੋ ਸਭ ਆਪਣਾ ਆਪਣੇ ਲਗਾ ਔਰ ਜਗਦੀਪ ਜੋ ਹਮਾਰੇ ਰਾਈਟਰ ਔਰ ਡਾਇਰੈਕਟਰ ਹੈ ਉਨਕੇ ਘਰ ਪੇ ਹਮਨੇ ਸ਼ੂਟ ਕੀਆ ਹੈ ਵੋ ਖੇਤ ਹੈ ਉਨ੍ਹੀਂ ਕੇ ਹੈ ਉਨਕੇ ਰਿਲੇਟਿਵਸ ਕੇ ਹੀ ਹੈ ਉਸ ਸਾਈਡ ਮੇਂ ਤੋ ਬਾਕੀ ਸਭ ਕੁਛ ਸਹੀ ਹੋਇਆ ਬਸ ਮਤਲਬ ਆਪਣੀ ਪ੍ਰੋਡਕਸ਼ਨ ਥੀ ਜੋ ਜਬ ਦਿਲ ਕਰਤਾ ਥਾ ਤਬ ਜਾਤੇ ਥੇ ਸ਼ੂਟ ਕਰਨੇ ਜਿਤਨਾ ਟਾਈਮ ਜਿਤਨਾ ਦਿਲ ਕਰਤਾ ਥਾ ਉਤਨਾ ਸ਼ੂਟ ਕਰਤੇ ਥੇ ਇਹ ਮੈਮ ਥੋੜ੍ਹੇ ਅਮੀਰ ਘਰ ਸੇ ਹੈ ਇਨਕੋ ਗਰੀਬ ਲੜਕੀ ਕਾ ਵੋ ਕਰੈਕਟਰ ਕਰਨਾ ਪੜਾ ਹੈ ਇਨਕੋ ਥੋੜ੍ਹੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਸੋਰੀ ਮੈਂ ਅਮੀਰ ਗਰੀਬ ਮੇਰੇ ਕੋ ਵਰਡ ਆਡੀਬਲੀ ਸੁਣਨੇ ਅੱਛੇ ਨਹੀਂ ਲੱਗਤੇ ਲੇਕਿਨ ਵੋ ਈਜ਼ੀਲੀ ਸਮਝ ਆ ਜਾਤੇ ਹੈ ਸਭ ਕੋ ਦੈਟਸ ਲਾਈਫ ਸਟਾਈਲ ਡਿਫਰੈਂਟ ਹੋਤਾ ਬਸ ਔਰ ਕੁਛ ਇਤਨਾ ਫਰਕ ਨਹੀਂ ਹੋਤਾ ਹਰ ਇੱਕ ਲਾਈਫ ਸਟਾਈਲ ਡਿਫਰੈਂਟ ਹੋਤਾ ਹੈ ਤੋ ਇਸ ਮੂਵੀ ਮੇਂ ਜੋ ਲੜਕੀ ਕਾ ਲਾਈਫ ਸਟਾਈਲ ਹੈ ਵੋ ਬਹੁਤ ਹੀ ਵਿਲੇਜਰ ਗਰਲ ਕਹਿ ਲਓ ਕਿ ਜੋ ਇਤਨੀ ਐਜੂਕੇਟਿਡ ਨਹੀਂ ਹੈ ਜਿਸਕੋ ਇਤਨਾ ਜ਼ਿਆਦਾ ਪਤਾ ਨਹੀਂ ਹੈ ਬਾਹਰ ਕਿਆ ਚੱਲ ਰਿਹਾ ਹੈ ਤੋ ਵੋ ਚੀਜ਼ ਬਿਕਾਜ਼ ਹਮ ਲੋਕ ਸੈੱਲ ਫੋਨ ਯੂਜ਼ ਕਰਤੇ ਹੈ ਵੀ ਆਰ ਯੂਜ਼ ਟੂ ਇਟ ਔਰ ਹਮਾਰਾ ਲਾਈਫ ਸਟਾਈਲ ਡਿਫਰੈਂਟ ਹੋ ਚੁੱਕਾ ਪੜ੍ਹੇ ਲਿਖੇ ਹੈ ਵੀ ਨੋ ਆਰ ਪਾਵਰਸ ਆਲਸੋ ਸੋ ਉਨ ਲੜਕੀਓ ਕੋ ਵੀ ਨਹੀਂ ਪਤਾ ਸੋ ਮੇਰੇ ਲਈ ਥੋੜ੍ਹਾ ਸਾ ਡਿਫੀਕਲਟ ਥਾ ਉਸ ਲੈਵਲ ਤੱਕ ਪਰਫੋਰਮ ਕਰਨਾ ਉਨਕੀ ਬੋਡੀ ਲੈਂਗੁਏਜ ਲੈਣਾ ਜੋ ਗਾਓ ਮੇਂ ਜੈਸੇ ਕਾਮ ਕਰਤੇ ਹੈ ਜੈਸੇ ਰਹਿ ਰਹੇ ਤੋ ਬਟ ਆਈ ਟ੍ਰਾਈਡ ਮੈਂ ਪਹਿਲੇ ਜਾ ਕੇ ਦੇਖ ਕੇ ਆਈ ਥੀ ਕਿ ਕੈਸੇ ਲੜਕੀਆਂ ਰਹਿਤੀ ਕੈਸੇ ਖਾ ਰਹੀ ਹੈ ਕੈਸੇ ਪੀ ਰਹੀ ਹੈ ਕੈਸੇ ਚੱਲ ਰਹੀ ਹੈ ਸੋ ਐਜ ਕਿ ਵੋ ਇੱਕ ਬੋਡੀ ਲੈਂਗੁਏਜ ਮੇਂ ਵਿਲੇਜਰ ਲੁੱਕ ਆ ਜਾਏ ਆਪਕੀ ਫਿਲਮ ਕੇ ਜੋ ਕੈਰੇਕਟਰ ਹੈ ਜਗਦੀਪ ਆਪ ਦੋਨੋਂ ਕੀ ਜੋੜੀ ਜੋ ਹੈ ਪੰਜਾਬੀ ਇੰਡਸਟਰੀ ਮੇਂ ਕਾਫੀ ਜ਼ਿਆਦਾ ਮਸ਼ਹੂਰ ਹੈ ਮੇਰੀ ਕਿਹਦੀ ਆਪਕੀ ਔਰ ਜੋ ਆਪਕੀ ਡਾਇਰੈਕਟਰ ਮੇਰੀ ਓਕੇ ਸਰ ਮੇਰੀ ਓਕੇ ਔਰ ਆਪ ਦੋਨੋਂ ਨੇ ਲਗਾਤਾਰ ਕਈ ਸਾਰੀ ਹਿੱਟ ਫਿਲਮਾਂ ਵੀ ਕੀ ਹੈ ਮਿਹਰਬਾਨੀ ਤੋ ਮੈਂ ਜਾਨਣਾ ਚਾਹਤਾ ਕਿ ਇਹ ਹਿੱਟ ਜੋੜੀ ਕਾ ਰਾਜ ਕਿਆ ਹੈ ਫਿਲਮ ਮੇਂ ਆਪ ਦੋਨੋਂ ਕੇ ਵਿੱਚ ਮੇਂ ਐਸਾ ਕਿਆ ਹੈ ਮਤਲਬ ਹਮ ਉਹ ਬਾਤ ਹੋਤੀ ਨਾ ਸਰ ਸਿਆਣੇ ਨਹੀਂ ਬਣਦੇ ਜੀ ਮਤਲਬ ਮੇਰੇ ਕੋ ਪਤਾ ਹੈ ਉਸਕੋ ਮੇਰੇ ਸੇ ਜ਼ਿਆਦਾ ਪਤਾ ਹੈ ਬਤਾਇਆ ਕਿ ਸਪਨਾ ਹੋਤਾ ਹੈ ਇਸਕਾ ਮੀਨਿੰਗ ਡ੍ਰੀਮ ਜੀ ਤੋ ਆਪ ਦੋਨੋਂ ਕਾ ਐਸਾ ਕੌਨ ਸਾ ਡ੍ਰੀਮ ਹੈ ਜੋ ਅਭੀ ਤੱਕ ਪੂਰਾ ਨਹੀਂ ਹੋਇਆ ਜਿਸਕੋ ਆਪ ਚਾਹਤੇ ਹੈ ਕਿ ਪੂਰਾ ਹੋ ਜਾਏ ਇਹ ਤਾਂ ਕਾਫੀ ਵੇਲੇ ਪੂਰਾ ਹੋ ਗਿਆ ਰਾਈਟ ਵੇ ਤਾਂ ਆਹੀ ਹੈ ਜੀ 14 ਫਰਵਰੀ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਜੀ 300-400 ਬੰਦੇ ਨੇ ਸਪਨਾ ਲਿਆ ਪ੍ਰੋਡਿਊਸਰ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਵੀ ਸਾਡੇ ਪੈਸੇ ਲੱਗੇ ਪੂਰੇ ਹੋ ਜਾਣ ਔਰ ਸਾਡਾ ਸਾਰਿਆਂ ਦੀ ਮਿਹਨਤ ਲੱਗੀ ਹੈ ਸਪੋਟ ਬੋਏ ਤੋਂ ਲੈ ਕੇ ਪ੍ਰੋਡਿਊਸਰ ਤੱਕ ਦੀ ਮਿਹਨਤ ਲੱਗੀ ਹੈ ਵੀ ਇੰਨੀ ਮਿਹਨਤ ਕੀਤੀ ਹੈ ਚਲੋ ਪੈਸਾ ਹੁੰਦਾ ਹਰ ਬੰਦਾ ਕਮਾਉਂਦਾ ਸਭ ਕੁਛ ਕਰਦਾ ਬਟ ਇੰਨੀ ਮਿਹਨਤ ਜਦੋਂ ਲੋਕ ਐਪਰੀਸ਼ੀਏਟ ਕਰਦੇ ਆ ਤਾਂ ਉਹ ਵਾਹ ਵਾਹੀ ਮਿਲਦੀ ਹੈ ਐਪਰੀਸ਼ੀਏਸ਼ਨ ਮਿਲਦੀ ਹੈ ਤਾਂ ਸਾਡਾ ਫਿਲਹਾਲ ਦੀ ਘੜੀ ਇਹ ਹੈ 14 ਫਰਵਰੀ ਨੂੰ ਫਿਲਮ ਰਿਲੀਜ਼ ਹੋਵੇ ਤਾਂ ਲੋਕਾਂ ਨੂੰ ਪਸੰਦ ਆਵੇ ਰੋਜ਼ ਬਦਲ ਜਾਂਦੇ ਆ ਜੀ ਰੋਜ਼ ਇੱਕ ਐਗਜ਼ਾਮਪਲ ਦਿੰਦਾ ਮਤਲਬ ਮੈਨੂੰ ਗੱਡੀਆਂ ਤਾਂ ਚਲੋ ਹਰ ਬੰਦੇ ਨੂੰ ਸ਼ੌਂਕ ਹੁੰਦਾ ਇੱਕ ਐਗਜ਼ਾਮਪਲ ਹੈ ਅੱਜ ਤੁਰਿਆ ਜਾਂਦਾ ਜੀ ਗੱਡੀ ਕੋਈ ਵਧੀਆ ਲੱਗਦੀ ਬਾਹਰ ਦੇਖ ਕੇ ਯਾਰ ਆਹ ਲੈ ਲਈਏ ਕੱਲ੍ਹ ਪਰਸੋਂ ਤੱਕ ਹੋਰ ਕੋਈ ਅਨਾਊਂਸ ਹੋ ਜੂਗੀ ਚੱਲ ਆਹ ਲੈ ਲਾਂਗੇ ਯਾਰ ਉਹ ਜਿਹੜੇ ਬਦਲਦੇ ਰਹਿੰਦੇ ਆ ਘਰ ਆ ਕੋਠੀ ਵੇਖੀਏ ਰਾਹ ਵੇਖ ਲਈ ਆਹ ਲੈ ਲਈਏ ਅਤੇ ਜਾਂ ਕਦੇ ਕਦੇ ਸੋਚਦੇ ਮੈਂ ਕੱਲ੍ਹ ਜਗਦੀਪ ਨਾਲ ਗੱਡੀ 'ਚ ਇੱਕ ਮੇਰੇ ਨਾਲ ਬ੍ਰਦਰ ਸਾਡੇ ਵੱਡੇ ਭਾਈ ਸਾਹਿਬ ਸੀਗੇ ਅਸੀਂ ਗੱਡੀ ਜਾ ਰਹੇ ਮੈਂ ਕਿਹਾ ਯਾਰ ਮੈਂ ਹੋਸਪਿਟਲ ਬਣਾਉਣਾ ਇੱਕ ਹੈ ਨਾ ਅਤੇ ਕਹਿੰਦਾ ਕਾਹਦੇ ਲਈ ਕਮਾਈ ਲਈ ਮੈਂ ਕਿਹਾ ਨਹੀਂ ਮੈਂ ਕਿਹਾ ਜਿਹੜੇ ਮਤਲਬ ਇਲਾਜ ਨਹੀਂ ਕਰਵਾ ਸਕਦੇ ਬਿਕਾਜ਼ ਜਦੋਂ ਤੁਸੀਂ ਇੱਥੇ ਤੁਹਾਡੇ ਸਰਕਾਰੀ ਹੋਸਪਿਟਲ ਹੋਣਗੇ ਨਾ ਇੱਕ ਤਾਂ ਵੀ ਆਰ ਬਲੈਸਡ ਆਪਾਂ ਨੂੰ ਇਸ ਦੁਨੀਆ 'ਤੇ ਆਏ ਹਾਂ ਰੱਬ ਨੇ ਜ਼ਿੰਦਗੀ ਦਿੱਤੀ ਹੈ ਵੀ ਆਰ ਬਲੈਸਡ ਹੈਲਥੀ ਹਾਂ ਸਾਰੇ ਤੁਰੇ ਫਿਰਦੇ ਹਾਂ ਅਸਲ ਬੰਦੇ ਨੂੰ ਔਕਾਤ ਦਾ ਪਤਾ ਲੱਗਦਾ ਜਦੋਂ ਤੁਸੀਂ ਹਸਪਤਾਲ ਜਾਂਦੇ ਹੋ ਜਾ ਕੇ ਦੇਖਦੇ ਹੋ ਜਿਹੜੇ ਇਲਾਜ ਨਹੀਂ ਕਰਾ ਸਕਦੇ ਲੋਕ ਬਾਹਰ ਬੈਠੇ ਆ ਮੈਂ ਉਹਨੂੰ ਜਗਦੀਪ ਨੂੰ ਕਿਹਾ ਮੈਂ ਕਹਿ ਮੇਰੀ ਡ੍ਰੀਮ ਹੈ ਮੇਰਾ ਸੁਪਨਾ ਹੈ ਵੀ ਮੈਂ ਹਸਪਤਾਲ ਖੋਲ੍ਹਾਂ ਪਿੰਡ ਦੇ ਵਿੱਚ ਜਾਂ ਆਪਣੇ ਏਰੀਏ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਕਿੱਥੇ ਵੀ ਮੈਨੂੰ ਜਗ੍ਹਾ ਲੱਗਦੀ ਹੈ ਵੀ ਜਿੱਥੇ ਲੋੜ ਹੈ ਜਿੱਥੇ ਮੈਂ ਆਪਣੀ ਮੈਕਸ ਕਰ ਸਕਦਾ ਲੋਕ ਦੁਆਵਾਂ ਦੇਣਗੇ ਇੱਕ ਮੇਰਾ ਪਰਸਨਲ ਡ੍ਰੀਮ ਉਹ ਸੀਗਾ ਜਿਹੜੀ ਮੈਂ ਕੱਲ੍ਹ ਪਰਸੋਂ ਤੁਹਾਨੂੰ ਡਿਸਕਸ਼ਨ ਕਰ ਰਿਹਾ ਅਤੇ ਆਈ ਵਿਲ ਟ੍ਰਾਈ ਮਾਈ ਬੈਸਟ ਕਿ ਐਸ ਸੂਨ ਐਸ ਪੋਸੀਬਲ ਅਸੀਂ ਉਹ ਕਰੀਏ ਬਹੁਤ ਨੀਕ ਚਲੋ ਆਪ ਦੋਨੋਂ ਸੇ ਮੇਰਾ ਕੁਐਸਚਨ ਹੈ 14 ਫਰਵਰੀ ਇਟਸ ਵੈਲੈਂਟਾਈਨ ਡੇ ਲਵ ਡੇ ਫਾਰ ਲਵ ਕਪਲ